ਦੁਨੀਆ ਦੇ ਸਭ ਤੋਂ ਅਮੀਰ ਪੁਰਸ਼ਾਂ ਵਾਂਗ ਅਰਪਤੀ ਔਰਤਾਂ ਦੀ ਸੂਚੀ ਦੇ ਮਾਮਲੇ ਵਿੱਚ ਵੀ ਅਮਰੀਕਾ ਦਾ ਦਬਦਬਾ ਕਾਇਮ ਹੈ ਇੱਕ ਤਾਜ਼ਾ ਅਧਿਐਨ ਮੁਤਾਬਕ ਅਰਪਤੀ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਅਮਰੀਕਾ ਦੇ ਵਿੱਚ ਹੈ ਉੱਥੇ ਹੀ ਭਾਰਤ ਵੀ ਇਸ ਸੂਚੀ ਦੇ ਹਿਸਾਬ ਨਾਲ ਟੌਪ 5 ਵਿੱਚ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਸਫਰ ਹੈ ਦੱਸਦੀ ਹੈ ਕਿ ਸਿਟੀ ਇੰਡੈਕਸ ਦੇ ਨਵੇਂ ਅੰਤਰਰਾਸ਼ਟਰੀ ਮਹਿਲਾ ਦਿਵਸ ਅਧਿਐਨ ਅਨੁਸਾਰ ਭਾਰਤ ਦੀਆਂ 15 ਔਰਤਾਂ ਅਰਬਪਤੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਹਨ ਇਸ ਸੂਚੀ ਵਿੱਚ ਸਭ ਤੋਂ ਉੱਪਰ ਸਵਿਤਰੀ ਜਿੰਦਲ ਦਾ ਨਾਮ ਸ਼ਾਮਲ ਹੈ ਅਧਿਐਨ ਮੁਤਾਬਕ ਭਾਰਤ ਦੀ ਸਭ ਤੋਂ ਅਮੀਰ ਔਰਤ ਸਵਿਤਰੀ ਜਿੰਦਲ ਦੀ ਕੁੱਲ ਆਮਦਨ 20.2 ਅਰਬ ਡਾਲਰ ਹੈ ਦੂਜੇ ਨੰਬਰ ਤੇ ਸਾਇਰਸ ਮਿਸਤਰੀ ਦੀ ਪਤਨੀ ਰੋਹਿਕਾ ਸਾਇਰਸ ਮਿਸਤਰੀ ਦਾ ਨਾਮ ਸ਼ਾਮਲ ਹੈ ਜਿਨ੍ਹਾਂ ਦੇ ਕੋਲ 7.5 ਯਾਨੀ ਕਿ 7.5 ਅਰਬ ਡਾਲਰ ਦੀ ਜਦਾਦ ਹੈ ਇਸੇ ਦੌਰਾਨ ਜੇਕਰ ਹੋਰ ਦੇਸ਼ਾਂ ਤੇ ਨਜ਼ਰ ਮਾਰੀਏ ਤਾਂ ਸਿਟੀ ਇੰਡੈਕਸ ਮੁਤਾਬਕ ਆਸਟ੍ਰੇਲੀਆ ਅਤੇ ਸਵਿਟਜ਼ਰਲੈਂਡ ਵਿੱਚ 9-9 ਅਰਬਤੀ ਔਰਤਾਂ ਹਨ ਦੋਵੇਂ ਦੇਸ਼ ਇੰਡੈਕਸ ਵਿੱਚ ਬ੍ਰਾਜ਼ੀਲ ਦੇ ਨਾਲ ਸਾਂਝੇ ਤੌਰ ਤੇ ਛੇਵੇਂ ਸਥਾਨ 'ਤੇ ਹਨ ਬ੍ਰਾਜ਼ੀਲ ਦੀਆਂ ਵੀ 9 ਔਰਤਾਂ ਅਰਪਤੀ ਹਨ ਹਾਂਗਕਾਂਗ, ਸਪੇਨ, ਸਵੀਡਨ ਅਤੇ ਫਰਾਂਸ ਸੱਤ-ਸੱਤ ਮਹਿਲਾ ਅਰਪਤੀਆਂ ਦੇ ਨਾਲ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਹਨ ਕੈਨੇਡਾ ਅਤੇ ਦੱਖਣੀ ਕੋਰੀਆ 6-6 ਅਰਪਤੀ ਔਰਤਾਂ ਨਾਲ 8ਵੇਂ ਸਥਾਨ 'ਤੇ ਹਨ ਉੱਥੇ ਹੀ ਇਜ਼ਰਾਈਲ ਅਤੇ ਤੁਰਕੀ ਸਾਂਝੇ ਤੌਰ 'ਤੇ 9ਵੇਂ ਸਥਾਨ 'ਤੇ ਹਨ ਦੋਵੇਂ ਦੇਸ਼ਾਂ ਦੀਆਂ 4-4 ਔਰਤਾਂ ਅਰਪਤੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਹਨ ਭਾਰਤ ਵਿੱਚ અત્યੰਤ ਅਮੀਰ ਵਿਅਕਤੀਆਂ ਦੀ ਗਿਣਤੀ ਪਿਛਲੇ ਸਾਲ ਪਾਵ 2023 ਵਿੱਚ ਸਾਲਾਨਾ ਆਧਾਰ ਤੇ শেફ ਇਸ ਦੀ ਵੱਧ ਕੇ 13263 ਹੋ ਗਈ ਹੈ ਇਹ ਜਾਣਕਾਰੀ নাইট ফ্রקס ইন্ডিয়া ਦੀ ਇੱਕ رپورٹ ਦੇ ਵਿੱਚ ਦਿੱਤੀ گئی ਹੈ رپورٹ ਦੇ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਵਧਦੀ ਖੁਸ਼ਹالی ਕਰਨ আল্ট্রা হাই নেট ওয়ার্থ ইন্ডিভিজయన్స్ ਦੀ ਗਿਣਤੀ 2028 ਤੱਕ ਵੱਧ ਕੇ 20000 ਹੋ ਜਾਵੇਗੀ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ ਰੀਅਲ ਅਸਟੇਟ ਸਲਾਹਕਰ ਨਾਈਟ ਫ੍ਰੈਂਕ ਇੰਡੀਆ ਨੇ ਦ ਵੈਲਥ ਰਿਪੋਰਟ 2024 ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿੱਚ ਯੂਐਨ ਕੇ ਭਾਰਤ ਵਿੱਚ ਯੂਐਚਐਨਡਬਲਯੂਆਈ ਦੀ ਗਿਣਤੀ 2023 ਵਿੱਚ 6.1 ਫੀਸਦੀ ਤੋਂ ਵੱਧ ਕੇ 13263 ਹੋ ਗਈ ਹੈ ਜਦਕਿ ਇਸ ਤੋਂ ਪਿਛਲੇ ਸਾਲ ਇਹ 12495 ਸੀ ਭਾਰਤ ਵਿੱਚ UNHWI ਦੀ ਗਿਣਤੀ 2028 ਤੱਕ ਵਧ ਕੇ 19908 ਹੋਣ ਦੀ ਉਮੀਦ ਹੈ ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਰ ਬੈਜ਼ਲ ਨੇ ਕਿਹਾ ਹੈ ਕਿ ਦੌਲਤ ਸਿਰਜਣ ਦੇ ਇੱਕ ਪਰਵਰਤਨਸ਼ੀਲ ਯੁੱਗ ਦੇ ਵਿੱਚ ਭਾਰਤ ਗਲੋਬਲ ਆਰਥਿਕ ਖੇਤਰ ਵਿੱਚ ਖੁਸ਼ਹਾਲ ਅਤੇ ਵਧਦੇ ਮੌਕਿਆਂ ਦੇ ਨਤੀਜਿਆਂ ਦੇ ਰੂਪ ਵਿੱਚ ਖੜਾ ਹੈ ਦੇਸ਼ ਵਿੱਚ ਬੇहद ਅਮੀਰਾਂ ਦੀ ਗਿਣਤੀ 'ਚ ਜ਼ਿਕਰਯੋਗ ਵਾਧਾ ਹੋਇਆ ਹੈ ਅਗਲੇ 5 ਸਾਲਾਂ ਵਿੱਚ ਇਸ 'ਚ 50.1 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ ਵੱਖ-ਵੱਖ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਤੁਰਕੀ 'ਚ ਅਮੀਰਾਂ ਦੀ ਗਿਣਤੀ ਵਿੱਚ ਸਾਲਾਨਾ ਆਧਾਰ ਤੇ ਸਭ ਤੋਂ ਵੱਧ 9.7 ਫੀਸਦੀ ਦਾ ਵਾਧਾ ਹੋਇਆ ਹੈ ਇਸ ਤੋਂ ਬਾਅਦ ਅਮਰੀਕਾ ਵਿੱਚ ਅਮੀਰਾਂ ਦੀ ਗਿਣਤੀ 'ਚ 7.9 ਫੀਸਦੀ ਭਾਰਤ ਵਿੱਚ 6.1 ਫੀਸਦੀ ਦੱਖਣੀ ਕੋਰੀਆ ਦੇ ਵਿੱਚ 5.6 ਫੀਸਦੀ ਅਤੇ ਸਵਿਟਜ਼ਰਲੈਂਡ ਦੇ ਵਿੱਚ 5 ਦਸੰਬਰ ਨੂੰ ਦੋ ਫੀਸਦੀ ਵਾਧਾ ਹੋਇਆ ਹੈ ਦੂਜੇ ਪਾਸੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ ਉਹ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ ਹਨ ਉੱਥੇ ਹੀ ਗੌਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 24ਵੇਂ ਸਥਾਨ ਤੇ ਖਿਸਕ ਗਏ ਹਨ